डॉक्टर को भगवान का रूप माना जाता है, लेकिन कुछ लोग फर्जी डिग्रियां, फर्जी दस्तावेज बनाकर खुद को डॉक्टर बना लोगों की ज़िंदगी से खिलवाड़ करते हैं। आपको खबर दिखा रहे हैं मोहाली से, पड़ते गांव कंबाला की, जो कि डॉक्टर 12वीं पास आदमी खुद को कहता है और खुद डॉक्टर बन जाता है। जब पत्रकारों द्वारा पूछा गया तो राकेश विश्वास नामक व्यक्ति, जो खुद को डॉक्टर बताता है, उसने बात करने से मना किया और अपना रुआब जताने के लिए गांव के सरपंच से बात करने को कहा। जब सरपंच से बात की गई तो और मामला पता लगने पर सरपंच द्वारा उसका साथ देने से इनकार कर दिया। मौके पर जब एसएमओ घड़ौआ सुरेंद्र कौर जी को की बात की गई, मेरा नाम कुलजीत सिंह है, जांच की टीम भेजी, लेकिन तब से झोला था डॉक्टर वहां से दुकान बंद करके भाग गया। आइए आपको दिखाते हैं डॉक्टर की दुकान और इसका, ये मल्टीपर्पज सुपरवाइजर इधर सर गुरविंदर सिंह जी, सुरविंदर जीत सिंह जी, ये भी मल्टीपर्पज हेल्थ सुपरवाइजर हैं जी। अज सानू पता लग्या सीगा भी एक डॉक्टर कुंबाले भी के पहला भी कई बार इन्होंने इस डॉक्टर की रिपोर्ट हुई, अच्छ फिर सानू पता लग्या सीगा भी इतने दवाइया वगैरह बेचण का ये काम करता। उसके आधार पर अज असी इतने दुबारे फिर रेड की, यह बंदा मिलिया नहीं सानू, तो असं हूँ अगे वास्ते भी देखा जो भी सानू खुला मिलता ही है शॉप। ਜਿੱਦਾਂ ਤੁਸੀਂ ਇੱਥੇ ਕਿ ਲੰਬੇ ਸਮੇਂ ਤੋਂ ਤੁਸੀਂ ਇਸੇ ਏਰੀਆ ਦੇ ਮਤਲਬ ਕਿ ਕਰਮਚਾਰੀ ਹੋ ਹੈਲਥ ਡਿਪਾਰਟਮੈਂਟ ਤੋਂ, ਤੁਹਾਨੂੰ ਸਾਰਾ ਮਾਮਲਾ ਪਤਾ, ਪਰ ਇਸਦੀ ਕਾਰਵਾਈ ਕਿਉਂ ਨਹੀਂ ਹੁੰਦੀ ਹੈ? ਨਹੀਂ ਇੱਦਾਂ ਹੈ ਜੀ, ਗੱਲ ਇਸੇ ਏਰੀਆ ਦਾ ਨਹੀਂ ਇਕੱਲਾ, ਅਸੀਂ ਸਾਡਾ ਏਰੀਆ ਪੀ ਐੱਸ ਸੀ ਘੜੂਆਂ ਦੇ ਅਧੀਨ ਹੈ ਜੀ, ਉਹਦੇ ਅਧੀਨ 170 ਪਿੰਡ ਆਉਂਦੇ ਹਾਂ ਜੀ, ਸਾਰੇ ਏਰੀਏ ਦੀ ਉਹ ਸਾਨੂੰ 170 ਪਿੰਡ ਦੀ ਉਹ ਇੱਦਾਂ ਨਹੀਂ ਹੈ ਜੀ ਵੀ ਸਿਰਫ ਅਸੀਂ ਦੋ ਤਿੰਨ ਪਿੰਡਾਂ ਵਾਸਤੇ ਹੀ, ਫਿਰ ਤਾਂ ਅਸੀਂ ਬਿਲਕੁਲ ਤੁਹਾਡੀ ਗੱਲ ਠੀਕ ਤੀ ਵੀ ਕਿਉਂ ਨਹੀਂ ਕਾਰਵਾਈ ਹੁੰਦੀ, ਤੁਹਾਡਾ ਵੀ ਕੁਐਸਚਨ ਜਾਇਜ਼ ਹੈ ਜੀ। ਸਾਨੂੰ 170 ਪਿੰਡਾਂ ਦਾ ਦੇਖ ਰੇਖ ਦਾ ਕੰਮ ਕਰਨਾ ਪੈਂਦਾ। ਤੁਸੀਂ ਆਪ ਹੀ ਮੰਨਿਆ ਕਿ ਜਿਹੜਾ ਇੱਥੋਂ ਪਹਿਲਾਂ ਐਸਐਮਓ ਘੜੂਆ ਸੀਗੇ ਡਾਕਟਰ ਦਲੇਰ ਸਿੰਘ ਮੁਲਤਾਨੀ, ਉਹਨਾਂ ਨੇ ਇਹਦੇ ਤੇ ਕਾਰਵਾਈ ਕੀਤੀ ਸੀਗੀ ਇਹਦਾ ਮਤਲਬ ਐਜ਼ ਅ ਐਮਪਲੋਈ ਤੁਹਾਨੂੰ ਮਾਮਲਾ ਸਾਰਾ ਪਤਾ ਹੈ, ਪਤਾ ਹੈ ਕਿ ਬੋਗਸ ਡਾਕਟਰ ਚੱਲ ਰਿਹਾ, ਫਿਰ ਕਿਵੇਂ ਚਲਾ ਰਿਹਾ ਆਪਣਾ ਕਲੀਨਿਕ, ਕਿਵੇਂ ਚਲਾ ਰਿਹਾ? ਨਹੀਂ ਸਰ ਇੱਦਾਂ ਹੈ ਜੀ, ਇਹ ਇੱਕ ਏਰੀਆ 'ਚ ਨਹੀਂ ਜੀ, ਇਹ ਬੰਗਾਲੀ ਕਲੀਨਿਕਸ ਬਹੁਤ ਏਰੀਆ 'ਚ ਹੈ ਜੀ, ਆਪਣੇ ਲੋਕਲ ਹੋਰ ਵੀ ਬਲੌਂਗੀ ਵੀ ਦੇਖ ਲਓ ਤੁਸੀਂ, ਵੜ ਮਾਜਰੇ ਵੀ ਦੇਖ ਲਓ, ਦਾਊਂ ਵੀ ਦੇਖ ਲਓ, ਜਦੋਂ ਜਦੋਂ ਵੀ ਮੁਹਿੰਮ ਚਲਾਈ ਜਾਂਦੀ ਹੈ ਸਾਡੇ ਉੱਚ ਅਧਿਕਾਰੀਆਂ ਸਾਹਿਬਾਨਾਂ ਜੀ ਵੱਲੋਂ ਸਾਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਜੀ। ਕੀ ਹੁੰਦੀ ਹੈਗੀ ਹੈ ਜਿੱਦਾਂ ਹੁਣ ਇਹ ਦੁਬਾਰਾ ਕਿਉਂ ਕਰਦੇ, ਕਾਰਵਾਈ ਕੀ ਕਰਦੇ ਹੋ, ਸੀਲ ਕਰਦੇ ਹੋ ਕੁਛ, ਕੀ ਕੋਈ ਪਰਮਾਨੈਂਟ ਕੀ ਕਾਰਵਾਈ ਹੁੰਦੀ ਹੈ, ਕੀ ਬੰਦਾ ਅਰੈਸਟ ਵੀ ਹੋ ਸਕਦਾ ਹੈ, ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਇਹਨਾਂ ਦੇ ਖਿਲਾਫ? ਇਹਦੇ ਬਾਰੇ ਸਾਡੇ ਜ਼ਿਆਦਾ ਡਰੱਗ ਇੰਸਪੈਕਟਰ ਹੈ ਜੀ, ਸੁਰਿੰਦਰ ਪਾਲ ਜੀ ਦੇ ਕਹਿਣ ਤੇ ਇੱਥੇ ਆਏ ਹਾਂ ਜੀ, ਉਹਨਾਂ ਦੀਆਂ ਹਦਾਇਤਾਂ ਤੇ ਪੀ ਐੱਸ ਸੀ ਘੜੂਆਂ ਨੂੰ ਐਸਐਮਓ ਸਾਹਿਬਾਨ ਇਹਦਾ ਅਸੀਂ ਸਾਰਾ ਦੇਖ ਰੇਖ ਕਰਨੀ ਸੀਗੀ ਜੀ ਵੀ ਕੀ ਇਹਦੇ ਕੋਲ ਮੈਡੀਸਨ ਹੈ, ਕੀ ਕਰਦਾ, ਕਿਹੜੀ ਡਿਗਰੀ ਹੈ ਇਹਦੇ ਕੋਲ, ਫਿਰ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨਾ ਸੀਗਾ ਜੀ ਵੀ ਆਹ ਇਹਦੇ ਕੋਲ ਡਿਗਰੀ ਹੈ ਜੀ ਅਤੇ ਇੱਦਾਂ ਦੀਆਂ ਇਹ ਮੈਡੀਸਨ ਹੈ ਇਹਦੇ ਕੋਲ, ਆਹ ਇਹਦੇ ਕੋਲੋਂ ਪ੍ਰਾਪਤ ਹੋਇਆ। ਹਾਂਜੀ ਰਿਪੋਰਟ ਬਣਾਉਣੀ ਸੀ? ਹਾਂ ਬਣਾ ਬਿਲਕੁਲ ਜੀ। ਇਸ ਤਰ੍ਹਾਂ ਦੇ ਹੋਰ ਵੀ ਚੋਲਾ ਸਾਹਿਬ ਡਾਕਟਰ ਬਹੁਤ ਹੈ, ਉਹਨਾਂ 'ਤੇ ਕੀ ਨਕੇਲ ਕੱਸੀ ਜਾਂਦੀ ਹੈ ਜੀ? ਮੈਂ ਦੱਸ ਚੁੱਕਿਆ ਜੀ ਸਰ, ਜਿਉਂ ਜਿਉਂ ਜਿਵੇਂ ਸਾਨੂੰ ਉੱਚ ਅਧਿਕਾਰੀ ਸਾਹਿਬਾਨਾਂ ਦੀਆਂ ਹਦਾਇਤਾਂ ਆਉਂਦੀਆਂ ਜੀ, ਅਸੀਂ ਇਹਨਾਂ 'ਤੇ ਕਰਦੇ ਰਹਿੰਦੇ ਹਾਂ ਜੀ ਛਾਣਬੀਨ, ਇਹਨਾਂ ਨੂੰ ਹਦਾਇਤਾਂ ਵੀ ਦਿੰਦੇ ਹਾਂ, ਬੰਦ ਵੀ ਕਰਾਏ ਹਾਂ ਜੀ ਕਦੇ, ਤੁਸੀਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਜੀ ਜਦੋਂ ਡਾਕਟਰ ਦਲੇਰ ਸਿੰਘ ਮੁਲਤਾਨੀ ਜੀ ਐਸਐਮਓ ਘੜੂਆਂ ਸੀਗੇ ਜੀ, ਕਈ ਨੂੰ ਤਾਂ ਸਜ਼ਾ ਵੀ ਕਰਾਈਆਂ ਜੀ। ਹਾਂਜੀ ਹਾਂਜੀ ਠੀਕ ਹੈ। ਹਾਂਜੀ ਸਰ, ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੇ, ਤੁਸੀਂ ਆਪ ਫੋਨ 'ਤੇ ਕਿਹਾ ਸਾਨੂੰ ਬਕਾਇਦੇ ਤੌਰ 'ਤੇ ਕਿ ਇਸ ਡਾਕਟਰ ਦੇ ਖਿਲਾਫ ਸਿਵਲ ਸਰਜਨ ਨੂੰ ਬਕਾਇਦੇ ਤੌਰ 'ਤੇ ਸ਼ਿਕਾਇਤ ਗਈ ਹੈ, ਉਹ ਕੀ ਸ਼ਿਕਾਇਤ ਕੀ ਗਈ ਹੈ ਜੀ ਆਪਣੇ ਵੱਲੋਂ? ਉਹ ਸ਼ਿਕਾਇਤ ਅਸੀਂ ਦੱਸ ਨਹੀਂ ਸਕਦੇ, ਉਹ ਕਿਉਂ ਨਹੀਂ ਦੱਸ ਸਕਦੇ ਸਰ ਕਿ ਸ਼ਿਕਾਇਤ ਤੁਹਾਡੇ ਤੋਂ ਬਾਰ ਬਾਰ ਇਹ ਬੰਦਾ ਖੋਲ ਰਿਹਾ ਹੈ? ਐਸਐਮਓ ਸਾਹਿਬ ਨੇ ਭੇਜੀ ਹੈ ਸਾਰੀ ਫਾਈਲ ਭੇਜੀ ਹੈ। ਕਿਹੜੀ ਕਿਹੜੀ ਸ਼ਿਕਾਇਤ? ਸ਼ਿਕਾਇਤ 'ਚ ਕੋਈ ਰਿਪੋਰਟ ਭੇਜੀ ਹੋਣੀ? ਕੋਈ ਸਾਨੂੰ ਨਹੀਂ ਪਤਾ, ਐਸਐਮਓ ਸਾਹਿਬ ਨੇ ਭੇਜੀ ਹੈ, ਉਹਦੇ ਬਾਰੇ ਸਾਨੂੰ ਕਦ ਕਾਰਵਾਈ ਹੋਏਗੀ? ਇਸ ਤਰ੍ਹਾਂ ਦੇ ਡਾਕਟਰ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ, ਕਦੋਂ ਹੋਏਗੀ ਇਸ ਤਰ੍ਹਾਂ ਦੀ? ਇਹ ਤਾਂ ਅਸੀਂ ਇੱਕ ਟੀਮ ਬਣਾਏ ਗਏ, ਹੁਣ ਇਹਦੇ ਰੇਡ ਕਰਾਂਗੇ ਤੇ ਨਾ। ਇੱਕ ਹਾਲੀ ਦਾ ਇੱਕ ਮਾਮਲਾ ਇਸੀ ਡਾਕਟਰ ਦੇ ਸਾਹਮਣੇ ਆਇਆ ਸੀਗਾ ਪਿੱਛੇ ਜੇ, ਭਰੋਸੇਮੰਦ ਸੂਤਰਾਂ ਨੇ ਦੱਸਿਆ ਸੀ ਕਿ ਕੋਈ ਬੰਦਾ ਇਹਦੇ ਕੋਲ ਸਿਰ ਦਰਦ ਦੀ ਦਵਾਈ ਲੈਣ ਆਇਆ ਤੇ ਇਹਨੇ ਉਹਦਾ ਬੀਪੀ ਵਧਿਆ ਹੋਇਆ ਸੀ, ਉਹਨੂੰ ਆਪਣਾ ਜਿਹੜਾ ਇਹ ਦਵਾਈ ਦੇ ਗਿਆ, ਨਾ ਇਹਨੂੰ ਕਰੋਨਾ ਗਾਈਡਲਾਈਨਸ ਦੇ ਬਾਰੇ ਪਤਾ, ਤੇ ਇਸ ਇਹ ਜਿਹੜਾ ਹੈ ਕਰੋਨਾ ਦੀ ਮਹਾਮਾਰੀ ਇੰਨੀ ਚੱਲ ਰਹੀ ਹੈ, ਤੇ ਇਸ 'ਤੇ ਕਾਰਵਾਈ ਕਿਉਂ ਨਹੀਂ ਹੋਣੀ ਵੀ ਚਾਹੀਦੀ, ਤੇ ਅੱਜ ਤੱਕ ਕਿਉਂ ਨਹੀਂ ਹੋ ਪਾ ਰਹੀ, ਕਿਵੇਂ ਚਲਾ ਰਿਹਾ ਆਪਣੀ ਦੁਕਾਨਦਾਰੀ? ਨਹੀਂ ਅਸੀਂ ਹੁਣ ਇਹਦਾ ਰੇਡ ਕਰਾਂਗੇ, ਹੁਣ ਟੀਮ ਬਣਾਏਗੀ, ਅਸੀਂ ਐਕਚੁਅਲੀ ਪਹਿਲਾਂ ਵੀ ਟੀਮ ਬਣਾਈ ਸੀ, ਅਸੀਂ ਰੇਡ ਕਰੀ, ਇੱਕ ਦੋ ਵਾਰ ਮਿਲਦੇ ਨਹੀਂ ਹੈ, ਔਰ ਜਿਹੜੇ ਟਾਈਮ ਅਸੀਂ ਆਉਂਦੇ ਸ਼ੋਪ ਬੰਦ ਹੁੰਦੀ ਹੈ ਤਕਰੀਬਨ। ਅਸਲ ਦੇ ਵਿੱਚ ਜੀ ਕਰੋਨਾ ਕਾਰਨ ਸਾਡਾ ਸਾਰੇ ਮਹਿਕਮੇ ਬਿਜੀ ਚੱਲ ਰਹੇ ਆ ਜੀ, ਬਹੁਤ ਓਵਰਲੋਡ ਚੱਲ ਰਿਹਾ ਜੀ ਸਾਰੇ ਹੀ, ਸਾਡਾ ਮਹਿਕਮਾ ਜੀ ਜਿੰਨਾ ਸਿਹਤ ਵਿਭਾਗ ਹੈ, ਈਵਨ ਸਿਹਤ ਵਿਭਾਗ ਕਿਹਾ ਜੀ, ਹੋਰ ਤੁਹਾਨੂੰ ਪਤਾ ਹੀ ਹੈ ਨਾਲ ਲੱਗਦੇ ਮਹਿਕਮੇ ਵੀ ਜਿੰਨੇ ਹੋਰ, ਕਰੋਨਾ ਕਾਰਨ ਸਾਰੇ ਹੀ ਓਵਰਲੋਡ ਚੱਲ ਰਹੇ ਆ ਜੀ। ਠੀਕ।
लापरवाही नहीं जी ओनू कहा जा सकता ए कई गल आ जाए जी ए मुलाजमान की घाट भी आ जाती है जी कोई इन्होंने बचने के टेढ़े तरीके भी है जिन्हों बारे ज्यादा साढ़े उच्च अधिकारी साहबान दस सकते हैं ਇਹ ਪ੍ਰੋਬਲਮ ਠੀਕ ਹੈ ਅਸੀਂ ਮੰਨਦੇ ਹਾਂ ਵੀ ਪ੍ਰੋਬਲਮ ਜ਼ਰੂਰ ਹੈ ਸਮੱਸਿਆ ਹੈਗੀ ਹੈ ਜੀ ਝੋਲਾ ਛਾਪ ਹੈਗੇ ਨੇ ਡਾਕਟਰ ਪਰ ਐਵੇਂ ਹੈ ਵੀ ਇਹਨਾਂ ਦੀ ਕਾਰਵਾਈ ਵੀ ਸਮੇਂ ਸਮੇਂ ਤੇ ਹੁੰਦੀ ਰਹਿੰਦੀ ਹੈ ਜੀ ਤੇ ਸਰ ਅੱਜ ਤੁਹਾਨੂੰ ਇੱਥੇ ਕੀ ਮਿਲਿਆ ਜਦ ਤੁਸੀਂ ਇੱਥੇ ਆਏ ਹੋ ਟੀਮ ਤੇ ਤੇ ਇੱਥੇ ਕੀ ਮਿਲਿਆ ਕੀ ਤੁਸੀਂ ਗਵਾਂਢੀਆਂ ਤੋਂ ਪੁੱਛਿਆ ਅਸੀਂ ਪੁੱਛਿਆ ਜੀ ਨਾਲ ਪੁੱਛਤਾਸ ਕਰੀਏ ਜੀ ਤਕਰੀਬਨ ਨਾਲ ਦੇ ਘਰਾਂ ਤੋਂ ਹੋਰ ਦੁਕਾਨਦਾਰ ਸਾਹਿਬਾਂ ਤੋਂ ਪੁੱਛਿਆ ਵੀ ਕਿਵੇਂ ਇਹ ਬੰਦਾ ਦਵਾਈ ਹਾਂ ਕਹਿੰਦਾ ਦਿੰਦਾ ਜੀ ਸਵੇਰੇ ਸ਼ਾਮ ਖੋਲਦਾ ਤੇ ਦਵਾਈ ਦਿੰਦਾ ਹੁਣ ਇਹਦੀ ਸ਼ਾਪ ਦਿਖਾਈ ਹੈ ਜੀ ਮੈਂ ਤੁਹਾਨੂੰ ਇਹਦੀ ਸ਼ਾਪ ਲੌਕ ਲੱਗਿਆ ਵਾ ਜੀ ਜੇ ਨਾ ਲੱਗਿਆ ਵਾ ਲੌਕ ਹੁੰਦਾ ਫਿਰ ਤੁਹਾਡੇ ਕੈਮਰੇ ਦੇ ਸਾਹਮਣੇ ਆਪਾਂ ਨੇ ਚੈੱਕ ਵੀ ਕਰ ਲੈਣਾ ਸੀਗਾ ਜੀ ਕਿਉਂ ਆਪਾਂ ਲੌਕ ਤੋੜ ਨਹੀਂ ਸਕਦੇ ਜੀ ਜੇ ਕਿਸੇ ਫਿਰ ਦੂਜਾ ਐਲੀਗੇਸ਼ਨ ਲਾ ਸਕਦੇ ਹਾਂ ਜੀ ਉਹ ਕਹਿ ਸਕਦਾ ਵੀ ਇਹਨਾਂ ਨੇ ਕੀ ਰੱਖਤਾ ਕੀ ਚੱਕਤਾ ਇਦਾਂ ਆਪਾਂ ਕਿਸੇ ਦੀ ਪ੍ਰਾਪਰਟੀ ਨੂੰ ਹੈ ਨਾ ਜੀ ਕਰ ਨਹੀਂ ਸਕਦੇ ਬਾਹਰ ਵੀ ਕੁਝ ਨਹੀਂ ਲਿਖਿਆ ਜੀ ਉਹਨੇ ਦੇਖਿਓ ਕਿ ਆਹ ਜਿਹੜਾ ਕਲੀਨਿਕ ਸੀਗਾ ਪਿਛਲੇ ਲੰਬੇ ਦੌਰ ਤੋਂ ਲਗਾਤਾਰ ਇਹ ਬੰਦਾ ਜਿਹੜਾ ਪ੍ਰੈਕਟਿਸ ਕਰ ਰਿਹਾ ਇਹਦੇ ਕੋਲ ਕੋਈ ਕੁਆਲੀਫਾਈਡ ਡਾਕਟਰ ਨਹੀਂ ਹੈ ਬੋਗਸ ਡਿਗਰੀ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਹੈਲਥ ਡਿਪਾਰਟਮੈਂਟ ਦੀ ਟੀਮ ਇੱਥੇ ਆਈ ਹੋਈ ਹੈ ਪਰ ਜਿਹੜੀ ਇੱਥੇ ਗੱਲ ਕਰੀਏ ਜਿਸ ਡਾਕਟਰ ਦੀ ਜਾਂ ਜਿਸ ਡਿਪਲੋਮੇ ਦੀ ਜਾਂ ਜਿਸ ਸੰਸਥਾ ਦੀ ਇਹ ਗੱਲ ਕਰਦਾ ਜਿਹੜਾ ਡਾਕਟਰ ਕਹਿੰਦਾ ਮੇਰੇ ਕੋਲ ਸਰਟੀਫਿਕੇਟ ਹੈ ਆਲਰੇਡੀ ਉਹ ਸੰਸਥਾ ਸੀਜ਼ ਹੋ ਚੁੱਕੀ ਹੈ ਉਹਦਾ ਡਾਇਰੈਕਟਰ ਜਿਹੜਾ ਉਹ ਜੇਲ੍ਹ ਦੇ ਅੰਦਰ ਹੈ ਉਸ ਤੋਂ ਬਾਅਦ ਵੀ ਹੈਲਥ ਡਿਪਾਰਟਮੈਂਟ ਦੀ ਟੀਮ ਆਈ ਹੈ ਜਿਹਨਾਂ ਦਾ ਦਾਅਵਾ ਹੈ ਕਿ ਇੱਥੇ ਭੱਜ ਜਾਂਦਾ ਪਰ ਪਿਛਲੇ 9 ਸਾਲ ਤੋਂ ਇਹ ਕੰਮ ਕਰਦਾ ਹੁਣ ਦੇਖਣਾ ਹੋਏਗਾ ਕਿ ਜਿਹੜੀ ਹੈਲਥ ਟੀਮ ਇੱਥੇ ਆਈ ਹੈ ਜਿਹੜੀ ਕਹਿ ਰਹੀ ਕਿ ਅਸੀਂ ਇੱਕ ਟੀਮ ਬਣਾਵਾਂਗੇ ਟੀਮ ਬਣਾ ਕੇ ਮੌਕੇ ਤੇ ਇਹਦੇ ਤੇ ਰੇਟ ਮਾਰੀ ਜਾਏਗੀ ਉਹ ਸਮਾਂ ਕਦੋਂ ਆਏਗਾ ਤੇ ਇਸ ਤਰ੍ਹਾਂ ਦੇ ਝੋਲਾ ਛਾਪ ਜਿਹੜੇ ਡਾਕਟਰ ਉਹਨਾਂ ਨੂੰ ਕਦੋਂ ਬੇਨਕਾਬ ਕਰਦੀ ਹੈ ਕਿਉਂਕਿ ਹਸਪੀਟਲ ਜਾਂ ਜਿਹੜੇ ਹੈਲਥ ਡਿਪਾਰਟਮੈਂਟ ਦੇ ਅਧਿਕਾਰੀ ਜਾਂ ਕਰਮਚਾਰੀ ਇੱਥੇ ਆਏ ਨੇ ਉਹਨਾਂ ਦੇ ਦਾਅਵਾ ਕਿ ਡਿਪਾਰਟਮੈਂਟ ਤੇ ਵਰਕਲੋਡ ਬਹੁਤ ਜ਼ਿਆਦਾ ਹੈ ਪਰ ਇਸ ਤਰ੍ਹਾਂ ਦੇ ਡਾਕਟਰ ਪਿਛਲੇ ਲੰਬੇ ਸਮਾਂ ਤੋਂ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰ ਰਹੇ ਨੇ ਉਹਨਾਂ ਤੋਂ ਕੋਈ ਗਾਈਡਲਾਈਨ ਬਕਾਦੇ ਤੁਸੀਂ ਇਹਨਾਂ ਦੇ ਕਲੀਨਿਕ ਤੇ ਆ ਕੇ ਦੇਖ ਸਕਦੇ ਹੋ ਬਲੱਡ ਸੈਂਪਲ ਤੱਕ ਲੈਂਦੇ ਆ ਕਲੈਕਟ ਕਰਦੇ